ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇੱਥੇ ਜ਼ਿਆਦਾਤਰ ਕ੍ਰਿਸ਼ਨ ਭਗਤ ਬਿਮਾਰ ਹੋ ਗਏ ਨੇ ਜਿਨ੍ਹਾਂ ਨੇ ਕੁੱਟੂ ਦੇ ਆਟੇ ਦੇ ਪਕੌੜੇ ਖਾਦੇ ਉਹ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇੱਥੇ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਸਵੇਰ ਤੋਂ ਹੀ ਵਰਤ ਚੱਲ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਕੁੱਟੂ ਦੇ ਆਟੇ ਦੇ ਬਣੇ ਪਕੌੜੇ ਖਾਦੇ ਤਾਂ 50 ਤੋਂ ਵੱਧ ਲੋਕ ਜਿਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਸਾਰੇ ਲੋਕ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਮਥੁਰਾ ਜੋ ਕਿ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ ਜਿੱਥੇ ਪਹਿਲਾਂ ਤਾਂ ਜਨਮ ਅਸ਼ਟਮੀ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ ਪਰ ਹੁਣ ਇੱਥੇ ਹਾਹਾਕਾਰ ਮੱਚੀ ਹੋਈ ਹੈ ਜਿੱਥੇ 50 ਤੋਂ ਵੱਧ ਲੋਕ ਹਸਪਤਾਲਾਂ ਦੇ ਵਿੱਚ ਬਿਮਾਰ ਪਏ ਨੇ ਕੁੱਟੂ ਦੇ ਆਟੇ ਦੇ ਪਕੌੜੇ ਖਾਣ ਦੇ ਕਾਰਨ ਤੇ ਦੂਜੇ ਪਾਸੇ ਜਿਹੜਾ ਸਿਹਤ ਵਿਭਾਗ ਹੈ ਉਹ ਵੀ ਪੱਬਾ ਭਾਰ ਹੋ ਗਿਆ ਹੈ। ਦੁਕਾਨਾਂ ਦੇ ਵਿੱਚ ਵੜ ਕੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਆਖਿਰ ਅਜਿਹਾ ਕੀ ਸੀ ਇਸ ਆਟੇ ਦੇ ਵਿੱਚ ਜਿਸ ਨਾਲ ਲੋਕ ਜਿਹੜੇ ਨੇ ਬਿਮਾਰ ਹੋਏ ਨੇ। ਤਸਵੀਰਾਂ ਮਥੁਰਾ ਸ਼ਹਿਰ ਦੀਆਂ ਨੇ ਜਿੱਥੇ ਮਥੁਰਾ ਦੇ ਵਿੱਚ ਕੁੱਟੂ ਦਾ ਆਟਾ ਖਾਣ ਦੇ ਨਾਲ ਲੋਕ ਬਿਮਾਰ ਹੋ ਗਏ, ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ ਤੇ ਇੱਥੇ ਇੱਕੋ ਹੀ ਪਰਿਵਾਰ ਦੇ ਕਈ ਮੈਂਬਰ ਨੇ ਜੋ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਵੇਰ ਸਮੇਂ ਤੋਂ ਕੁਛ ਨਹੀਂ ਸੀ ਖਾਧਾ ਜਿਸ ਤੋਂ ਬਾਅਦ ਉਹਨਾਂ ਨੇ ਸ਼ਾਮ ਵੇਲੇ ਕੁੱਟੂ ਦਾ ਆਟਾ ਖਾਧਾ ਹੈ। ਕੁੱਟੂ ਦੇ ਆਟੇ ਦੇ ਪਕੌੜੇ ਬਣਾਏ ਗਏ ਸੀ ਜੋ ਉਹਨਾਂ ਨੇ ਖਾਧੇ ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹ ਹਸਪਤਾਲ ਦੇ ਵਿੱਚ ਪਏ ਹੋਏ ਨੇ। ਜਦੋਂ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲੀ ਤਾਂ ਸਿਹਤ ਵਿਭਾਗ ਦੇ ਵੱਲੋਂ ਵੀ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮਥੁਰਾ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਫਰੋਲਿਆ ਜਾ ਰਿਹਾ ਸਮਾਨ ਕਿ ਆਖਿਰ ਇਸ ਆਟੇ ਦੇ ਵਿੱਚ ਕੀ ਮਿਲਿਆ ਹੋਇਆ ਸੀ ਜਿਸ ਕਰਕੇ ਲੋਕ ਬਿਮਾਰ ਹੋ ਗਏ ਨੇ। ਪੂਰੇ ਦਿਨ ਹਮਨੇ ਕੁਛ ਨਹੀਂ ਖਾਇਆ, ਸਾਬੂਦਾਨੇ ਕੀ ਖਿਚੜੀ ਖਾਈ ਥੀ, ਤੋ ਹਮ ਕੁਛ ਨਹੀਂ ਹੁਆ। ਅਸੀਂ ਕੁੱਟੂ ਕੇ ਆਟੇ ਕੀ ਪਕੌੜੀ ਖਾਈ, ਤੋ ਹਮ ਥੋੜੀ ਦੇਰ 10 ਮਿੰਟ ਬੈਠੇ ਹੋਂਗੇ, ਇਤਨੀ ਦੇਰ ਮੇਂ ਹਮਾਰੇ ਆਂਸੂ ਕੁਛ ਦਿਖਾਈ ਨਹੀਂ ਦਿਆ, ਚੱਕਰ ਆਨੇ ਲਗੇ, ਉਲਟੀ ਆਨੇ ਲਗੀ। ਫਿਰ ਪਾਪਾ ਡਾਕਟਰ ਕੇ ਪਾਸ ਲੈ ਗਏ ਥੇ, ਉਹਨੇ ਕਿਹਾ ਹੋਸਪਿਟਲ ਲੈ ਕੇ ਜਾਓ। ਪਾਪਾ ਆਗਰਾ ਮੇਂ ਵਰਤੀ ਹੈ, ਮੰਮੀ ਮੈਂ ਮੇਰਾ ਭਾਈ ਭਾਵੀ ਬਹਿਨ ਯਹਾਂ ਪੇ ਹੈ। ਗਾਉਂ ਕੇ ਔਰ ਵੀ ਲੋਕ ਬਿਮਾਰ ਹੈ, ਬਹੁਤ ਸਾਰੇ 50 ਆਦਮੀ ਬਿਮਾਰ ਹੈ, ਔਰੋਂ ਕੋ ਲੈ ਕੇ ਆਏ ਥੇ, ਛੋਟੇ ਛੋਟੇ ਬੱਚੇ ਬਿਮਾਰ ਹੈ, ਮੇਰੇ ਛੋਟੇ ਛੋਟੇ ਬੱਚੇ ਉਹਨੂੰ ਘਰ ਪਏ, ਦੋ ਸਾਲ ਕੇ। ਉਹ ਬੱਚੇ ਕਹਾਂ ਹੈ ਜੋ ਕਿਸੀ ਕੇ ਪਾਸ ਕੋਈ ਨਹੀਂ ਹੈ, ਘਰ ਮੇਂ ਅਕੇਲੇ ਪੜੇ, ਮੇਰੇ ਬੱਚੇ ਪੜੋਸੀ ਸਮਾਰ ਰਹੇ ਹੋਣੇ। ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇੱਥੇ ਜ਼ਿਆਦਾਤਰ ਕ੍ਰਿਸ਼ਨ ਭਗਤ ਬਿਮਾਰ ਹੋ ਗਏ ਨੇ ਜਿਨ੍ਹਾਂ ਨੇ ਕੁੱਟੂ ਦੇ ਆਟੇ ਦੇ ਪਕੌੜੇ ਖਾਦੇ ਉਹ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਇੱਥੇ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਸਵੇਰ ਤੋਂ ਹੀ ਵਰਤ ਚੱਲ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਕੁੱਟੂ ਦੇ ਆਟੇ ਦੇ ਬਣੇ ਪਕੌੜੇ ਖਾਦੇ ਤਾਂ 50 ਤੋਂ ਵੱਧ ਲੋਕ ਜਿਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਸਾਰੇ ਲੋਕ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਮਥੁਰਾ ਜੋ ਕਿ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ ਜਿੱਥੇ ਪਹਿਲਾਂ ਤਾਂ ਜਨਮ ਅਸ਼ਟਮੀ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ ਪਰ ਹੁਣ ਇੱਥੇ ਹਾਹਾਕਾਰ ਮੱਚੀ ਹੋਈ ਹੈ ਜਿੱਥੇ 50 ਤੋਂ ਵੱਧ ਲੋਕ ਹਸਪਤਾਲਾਂ ਦੇ ਵਿੱਚ ਬਿਮਾਰ ਪਏ ਨੇ ਕੁੱਟੂ ਦੇ ਆਟੇ ਦੇ ਪਕੌੜੇ ਖਾਣ ਦੇ ਕਾਰਨ ਤੇ ਦੂਜੇ ਪਾਸੇ ਜਿਹੜਾ ਸਿਹਤ ਵਿਭਾਗ ਹੈ ਉਹ ਵੀ ਪੱਬਾ ਭਾਰ ਹੋ ਗਿਆ ਹੈ। ਦੁਕਾਨਾਂ ਦੇ ਵਿੱਚ ਵੜ ਕੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਆਖਿਰ ਅਜਿਹਾ ਕੀ ਸੀ ਇਸ ਆਟੇ ਦੇ ਵਿੱਚ ਜਿਸ ਨਾਲ ਲੋਕ ਜਿਹੜੇ ਨੇ ਬਿਮਾਰ ਹੋਏ ਨੇ। ਤਸਵੀਰਾਂ ਮਥੁਰਾ ਸ਼ਹਿਰ ਦੀਆਂ ਨੇ ਜਿੱਥੇ ਮਥੁਰਾ ਦੇ ਵਿੱਚ ਕੁੱਟੂ ਦਾ ਆਟਾ ਖਾਣ ਦੇ ਨਾਲ ਲੋਕ ਬਿਮਾਰ ਹੋ ਗਏ, ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ ਤੇ ਇੱਥੇ ਇੱਕੋ ਹੀ ਪਰਿਵਾਰ ਦੇ ਕਈ ਮੈਂਬਰ ਨੇ ਜੋ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਵੇਰ ਸਮੇਂ ਤੋਂ ਕੁਛ ਨਹੀਂ ਸੀ ਖਾਧਾ ਜਿਸ ਤੋਂ ਬਾਅਦ ਉਹਨਾਂ ਨੇ ਸ਼ਾਮ ਵੇਲੇ ਕੁੱਟੂ ਦਾ ਆਟਾ ਖਾਧਾ ਹੈ। ਕੁੱਟੂ ਦੇ ਆਟੇ ਦੇ ਪਕੌੜੇ ਬਣਾਏ ਗਏ ਸੀ ਜੋ ਉਹਨਾਂ ਨੇ ਖਾਧੇ ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹ ਹਸਪਤਾਲ ਦੇ ਵਿੱਚ ਪਏ ਹੋਏ ਨੇ।
ਜਦੋਂ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲੀ ਤਾਂ ਸਿਹਤ ਵਿਭਾਗ ਦੇ ਵੱਲੋਂ ਵੀ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮਥੁਰਾ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਫਰੋਲਿਆ ਜਾ ਰਿਹਾ ਸਮਾਨ ਕਿ ਆਖਿਰ ਇਸ ਆਟੇ ਦੇ ਵਿੱਚ ਕੀ ਮਿਲਿਆ ਹੋਇਆ ਸੀ ਜਿਸ ਕਰਕੇ ਲੋਕ ਬਿਮਾਰ ਹੋ ਗਏ ਨੇ। ਪੂਰੇ ਦਿਨ ਹਮਨੇ ਕੁਛ ਨਹੀਂ ਖਾਇਆ, ਸਾਬੂਦਾਨੇ ਕੀ ਖਿਚੜੀ ਖਾਈ ਥੀ, ਤੋ ਹਮ ਕੁਛ ਨਹੀਂ ਹੁਆ। ਅਸੀਂ ਕੁੱਟੂ ਕੇ ਆਟੇ ਕੀ ਪਕੌੜੀ ਖਾਈ, ਤੋ ਹਮ ਥੋੜੀ ਦੇਰ 10 ਮਿੰਟ ਬੈਠੇ ਹੋਗੇ, ਇਤਨੀ ਦੇਰ ਮੇਂ ਹਮਾਰੇ ਆਂਸੂ ਕੁਛ ਦਿਖਾਈ ਨਹੀਂ ਦਿਆ, ਚੱਕਰ ਆਨੇ ਲਗੇ, ਉਲਟੀ ਆਨੇ ਲਗੀ। ਫਿਰ ਪਾਪਾ ਡਾਕਟਰ ਕੇ ਪਾਸ ਲੈ ਗਏ ਥੇ, ਉਹਨੇ ਕਿਹਾ ਹੋਸਪਿਟਲ ਲੈ ਕੇ ਜਾਓ। ਪਾਪਾ ਆਗਰਾ ਮੇਂ ਬੜਤੀ ਹੈ, ਮੰਮੀ ਮੈਂ ਮੇਰਾ ਭਾਈ ਭਾਵੀ ਬਹਿਨ ਯਹਾਂ ਪੇ ਹੈ। ਗਾਉਂ ਕੇ ਔਰ ਵੀ ਲੋਕ ਬਿਮਾਰ ਹੈ, ਬਹੁਤ ਸਾਰੇ 50 ਆਦਮੀ ਬਿਮਾਰ ਹੈ, ਔਰੋਂ ਕੋ ਲੈ ਕੇ ਆਏ ਥੇ, ਛੋਟੇ ਛੋਟੇ ਬੱਚੇ ਬਿਮਾਰ ਹੈ, ਮੇਰੇ ਛੋਟੇ ਛੋਟੇ ਬੱਚੇ ਉਹਨੂੰ ਘਰ ਪਏ, ਦੋ ਸਾਲ ਕੇ। ਉਹ ਬੱਚੇ ਕਹਾਂ ਜੋ ਕਿਸੀ ਕੇ ਪਾਸ ਕੋਈ ਨਹੀਂ ਹੈ, ਘਰ ਮੇਂ ਅਕੇਲੇ ਪੜੇ, ਮੇਰੇ ਬੱਚੇ ਪੜੋਸੀ ਸਮਾਰ ਰਹੇ ਉਹਨਾਂ।